ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਦੋਸਤੋ, ਇੱਕ ਪਾਸੇ ਦਾ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਜਿੰਨੇ ਵੀ ਆਫੀਸਰ ਨੇ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ, ਲੇਕਿਨ ਕੁਛ ਇੱਕ ਅਜਿਹੇ ਆਫੀਸਰ ਨੇ ਜੋ ਸ਼ਰੇਆਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ, ਹੁਕਮਾਂ ਦੀਆਂ ਮਤਲਬ ਧੱਜੀਆਂ ਉਡਾ ਰਹੇ ਨੇ। ਉਹ ਲੋਕ ਕਿਨ੍ਹਾਂ ਦੇ ਮਤਲਬ ਸਹਾਰੇ ਸਦਕਾ ਇਹ ਸਾਰਾ ਕੁਛ ਕਰ ਰਹੇ ਨੇ, ਔਰ ਅਜਿਹੇ ਅਫਸਰ ਵੀ ਨੇ ਜੋ ਕਾਫੀ ਸਾਲਾਂ ਤੋਂ ਇੱਕੋ ਹੀ ਕੁਰਸੀ ਦੇ ਨਾਲ ਬੈਠ ਕੇ ਚੁੰਬੜੇ ਹੋਏ ਨੇ, ਉਸ ਕੁਰਸੀ ਨੂੰ ਪਕੜਿਆ ਹੋਇਆ ਹੈ, ਔਰ ਕਿਤੇ ਨਾ ਕਿਤੇ ਜਿਹੜੀ ਸ਼ੈ ਹੈ ਇਹ ਜ਼ਰੂਰ ਨਜ਼ਰ ਆਉਂਦੀ ਹੈ। ਆਖਿਰ ਕੀ ਹੈ ਪੂਰੀ ਖਬਰ, ਚੱਲਦੇ ਹਾਂ ਜਲੰਧਰ ਜਿੱਥੋਂ ਨਰਿੰਦਰ ਗੁਪਤਾ ਜੀ ਜੁੜੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਗੁਪਤਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨਸ਼ੇ ਨੂੰ ਖਤਮ ਕਰਨ ਵਾਸਤੇ ਕਾਫੀ ਉਪਰਾਲੇ ਕਰ ਰਹੇ ਨੇ, ਔਰ ਕਾਫੀ ਤਰ੍ਹਾਂ ਦੇ ਉਹ ਮਤਲਬ ਕਿ ਸਰਕਾਰੀ ਜਿਹੜੇ ਮੁਲਾਜ਼ਮਾਂ ਤੋਂ ਤੇ ਕਾਫੀ ਦੇਸ਼ ਵੀ ਜਾਰੀ ਕਰ ਰਹੇ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕੀਤਾ ਜਾਵੇ, ਔਰ ਪੰਜਾਬ ਜਿਹੜਾ ਹਸਤਾ ਖੇਲਦਾ ਜਿਹੜਾ ਪੰਜਾਬ ਜਿਹੜਾ ਦੁਬਾਰਾ ਬਣਾਉਣ ਦੇ ਉਪਰਾਲੇ ਕਰ ਰਹੇ ਨੇ। ਔਰ ਇਸੇ ਲੜੀ ਦੇ ਤਹਿਤ ਹੀ ਜਲੰਧਰ ਦੇ ਵਿੱਚ ਡਰੱਗ ਇੰਸਪੈਕਟਰ ਦਿਨੇਸ਼ ਕੁਮਾਰ, ਜਿਹਦਾ ਤਬਾਦਲਾ 12/7/2019 ਨੂੰ ਕਰ ਦਿੱਤਾ ਗਿਆ ਸੀ, ਰੋਧੀ ਜਗ੍ਹਾ ਦੇ ਉੱਤੇ ਅਨੁਪਮ ਕਾਲੀਆ ਨੂੰ ਜਿਹੜਾ ਡਰੱਗ ਇੰਸਪੈਕਟਰ ਜਿਹੜਾ ਲਗਾਇਆ ਗਿਆ ਸੀ। ਔਰ ਅਗਰ ਅਸੀਂ ਗੱਲ ਕਰੀਏ ਕਿ ਇੱਕ ਮਹੀਨਾ ਜਿਹੜਾ ਵਾ ਬੀਤ ਗਿਆ ਵਾ, ਔਰ ਦਿਨੇਸ਼ ਨੇ ਜਿਹੜਾ ਹਾਲੇ ਤੱਕ ਆਪਣਾ ਚਾਰਜ ਨਹੀਂ ਛੱਡਿਆ, ਔਰ ਉਹਦੀ ਜਿਹੜੀ ਰੂਟੀਨ ਦੇ ਵਿੱਚ ਹਾਜ਼ਰੀ ਜਿਹੜੀ ਹੈ ਉੱਥੇ ਲੱਗ ਰਹੀ ਹੈ, ਔਰ ਜਿਹੜਾ ਕਿ ਬਿਲਕੁਲ ਇਹ ਲੱਗ ਰਿਹਾ ਕਿ ਬਿਲਕੁਲ ਪੰਜਾਬ ਸਰਕਾਰ ਦੇ ਦੇਸ਼ਾਂ ਨੂੰ ਬਿਲਕੁਲ ਠੇਂਗਾ ਦਿਖਾਉਂਦਾ ਦਿਖਾਈ ਦੇ ਰਿਹਾ ਵਾ, ਔਰ ਉਹਨਾਂ ਦੀ ਬਿਲਕੁਲ ਹੁਕਮਾਂ ਦੀ ਪਰਵਾਹ ਨਹੀਂ ਕਰਦਾ। ਔਰ ਇਸ ਦੇ ਬਾਰੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਰਜਿਸਟਰ ਦੇ ਉੱਤੇ ਉਹਦੀਆਂ ਇੱਕ ਮਹੀਨੇ ਤੋਂ ਰੈਗੂਲਰ ਜਿਹੜੀਆਂ ਅਟੈਂਡੈਂਸ ਜਿਹੜੀਆਂ ਲੱਗ ਰਹੀਆਂ ਵਾ, ਔਰ ਬਿਲਕੁਲ ਹੀ ਉਹਨੇ ਆਪਣੀ ਜਿਹੜੀ ਆ ਬਦਲੀ ਦੀ ਜਿਹੜੀ ਬਦਲੀ ਜਿਹੜੀ ਮਾਨਸਾ ਕਰ ਦਿੱਤੀ ਗਈ ਹੈ, ਔਰ ਉਹਦੀ ਜਗ੍ਹਾ ਤੇ ਅਨੁਪਮ ਕਾਲੀਆ ਨੂੰ ਜਿਹੜਾ ਵਾ ਡਰੱਗ ਇੰਸਪੈਕਟਰ ਦਾ ਚਾਰਜ ਦਿੱਤਾ ਗਿਆ ਵਾ, ਪਰ ਉਸਨੇ ਹਾਲੇ ਤੱਕ ਚਾਰਜ ਨਹੀਂ ਛੱਡਿਆ ਜੀ। ਪਰ ਗੁਪਤਾ ਜੀ, ਮਤਲਬ ਚਾਰਜ ਕਿਉਂ ਨਹੀਂ ਛੱਡਿਆ, ਕੋਈ ਕ੍ਰਿਟੀਕਲ ਸ਼ੈ ਹੈ ਇਹਨਾਂ ਨੂੰ ਜਾਂ ਕੀ ਹੈ? ਹਾਂ ਬਿਲਕੁਲ ਸੋਤਾ ਜੀ, ਵੀ ਜੋ ਇਹਦੇ ਪਿੱਛੇ ਇੱਕ ਜਿਹੜਾ ਵਾ ਭਾਜਪਾ ਦਾ ਨੇਤਾ ਵਾ ਜਿਹਦਾ ਉਹਦੇ ਉੱਤੇ ਜਿਹੜਾ ਇਹਨੂੰ ਆਸ਼ੀਰਵਾਦ ਹੈਗਾ ਵਾ, ਜਿਹਦੇ ਕਰਕੇ ਵੀ ਇਹ ਕਿਸੇ ਦੀ ਪਰਵਾਹ ਨਾ ਕਰਦਾ ਹੋਇਆ ਵੀ ਜਿਹੜਾ ਵਾ ਵੀ ਉਹਨੇ ਜਿਹੜਾ ਵਾ ਨਹੀਂ ਮਤਲਬ ਕਿ ਆਪਣਾ ਚਾਰਜ ਛੱਡਿਆ। ਪਰ ਜਦੋਂ ਅਸੀਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦਿਨੇਸ਼ ਕੁਮਾਰ ਦਾ ਡਰੱਗ ਇੰਸਪੈਕਟਰ ਦੇ ਨਾਲ, ਤੇ ਉਹਦਾ ਜਿਹੜਾ ਕਹਿਣਾ ਸੀ ਕਿ ਮੈਨੂੰ ਕੋਈ ਵੀ ਸਰਕਾਰੀ ਚਿੱਠੀ ਨਹੀਂ ਆਈ, ਨਾ ਮੇਰੇ ਕੋਲ ਹਾਲੇ ਆਦੇਸ਼ ਪਹੁੰਚੇ ਨੇ, ਅਗਰ ਮੈਂ ਆਪਣੀ ਹਾਜ਼ਰੀ ਨਹੀਂ ਲਵਾਉਂਦਾ ਤੇ ਮੇਰੀ ਇੱਥੇ ਜਿਹੜੀ ਹੈ ਗੈਰ ਹਾਜ਼ਰੀ ਮੰਨੀ ਜਾਣੀ ਸੀ, ਜਿਹਦੇ ਕਰਕੇ ਮੈਂ ਆਪਣਾ ਚਾਰਜ ਨਹੀਂ ਛੱਡਿਆ। ਔਰ ਇਸ ਦੇ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹਦੀ ਇਹ ਆਪਣੇ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਆ, ਉਹਨਾਂ ਨੇ ਕਿਹਾ ਵੀ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਹੈਗੀ ਆ ਤਾਂ ਉਹਦੀ ਜਾਂਚ ਕਰਵਾਈ ਜਾਏਗੀ, ਕਿ ਅਗਰ ਸਰਕਾਰ ਦੇ ਆਦੇਸ਼ ਆ ਗਏ ਨੇ ਕਿ ਉਹਨਾਂ ਦੀ ਜਗ੍ਹਾ ਕਿਸੇ ਨਵਾਂ ਡਰੱਗ ਇੰਸਪੈਕਟਰ ਨੂੰ ਲਗਾ ਦਿੱਤਾ ਗਿਆ ਪਰ ਉਹਨੇ ਚਾਰਜ ਨਹੀਂ ਦਿੱਤਾ ਤੇ ਹਾਲੇ ਵੀ ਹਾਜ਼ਰੀ ਲਗਾ ਰਿਹਾ ਹੈ, ਤੇ ਇਹ ਜਿਹੜੇ ਕਾਨੂੰਨ ਦੇ ਖਿਲਾਫ ਹੈ ਉਹ ਤੇ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਏਗੀ ਅਗਰ ਉਹਨੇ ਹਾਜ਼ਰੀਆਂ ਅਟੈਂਡੈਂਸ ਉਹਦੀ ਜਿਸ ਤੇ ਰੈਗੂਲਰ ਲੱਗ ਰਹੀ ਹੈ ਤੇ। ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ, ਤੁਸੀਂ ਅਪਡੇਟ ਦਿੱਤੀ ਔਰ ਜਿਨ੍ਹਾਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਗੁਪਤਾ ਜੀ ਨੇ ਸੁਣ ਸਕਦੇ ਹੋ। ਬ੍ਰਦਰ, ਇੱਦਾਂ ਹੈ ਕਿ ਜਿਹੜੀ ਮੇਰੀ ਟਰਾਂਸਫਰ ਦੀ ਜਿੱਥੋਂ ਤੱਕ ਹੈਗੀ ਗੱਲ, ਮੈਨੂੰ ਤੁਹਾਡੇ ਵਰਗੇ ਮੀਡੀਆ ਵਾਲੇ ਹੀ ਕਰਮਚਾਰੀਆਂ ਤੋਂ ਨਿਊਜ਼ ਤੋਂ ਪਤਾ ਲੱਗਾ ਕਿ ਮੇਰੀ ਟਰਾਂਸਫਰ ਹੋਈ ਹੈ। ਹਜੇ ਟਰਾਂਸਫਰ ਤੋਂ ਬਾਅਦ ਜਿਹੜਾ ਹੁੰਦਾ ਕਿ ਆਫੀਸ਼ੀਅਲ ਲੈਟਰ ਮਿਲਣੀ ਹੁੰਦੀ ਹੈ ਇੱਕ ਸਟੇਸ਼ਨ ਛੱਡਣ ਵਾਸਤੇ, ਠੀਕ ਹੈ ਜੀ। ਉਹ ਹਜੇ ਤੱਕ ਮੈਨੂੰ ਲੈਟਰ ਜਿਹੜੀ ਆ ਸਟੇਸ਼ਨ ਛੱਡਣ ਵਾਸਤੇ ਜਾਂ ਰਿਲੀਵਿੰਗ ਜਾਂ ਕੋਈ ਆਰਡਰ ਮੇਰੇ ਤੱਕ ਨਹੀਂ ਪਹੁੰਚੇ। ਕਾਫੀ ਦੇਰ ਹੋ ਗਈ ਹੈ ਸਰ। ਬ੍ਰਦਰ, ਉਹ ਤਾਂ ਹੁਣ ਡਿਪਾਰਟ ਦੇਖੋ, ਤੁਸੀਂ ਦੱਸਦੇ ਹੋ ਅਤੇ ਮੈਨੂੰ ਪਤਾ ਲੱਗਾ, ਠੀਕ ਆ। ਮੈਂ ਮੀਡੀਆ 'ਚ ਪੜ੍ਹਿਆ ਅੱਜ, ਮਤਲਬ ਹੋਰ ਵੀ ਨਿਊਜ਼ ਕੋਈ ਲੱਗੀ ਹੋਈ ਆ ਜਿੱਥੋਂ ਕਹਿ ਰਹੇ ਨੇ ਕਿ ਸਾਡੇ ਕੋਲ ਹੈਗੀ ਆ, ਪਰ ਸਾਡੇ ਕੋਲ ਜਿੰਨੀ ਦੇਰ ਆਫੀਸ਼ੀਅਲ ਮੈਨੂੰ ਨਹੀਂ ਛੱਡਣਗੇ, ਮੈਨੂੰ ਕਹਿਣਗੇ ਨਹੀਂ, ਲਿਖ ਕੇ ਨਹੀਂ ਦੇਣਗੇ ਕਿ ਤੁਸੀਂ ਜਾਓ ਜੀ, ਤਾਂ ਮੈਂ ਕਿੱਦਾਂ ਜਾ ਸਕਦਾ? ਜੇ ਮੈਂ ਆਫੀਸ਼ੀਅਲ ਚਲੇ ਜਾਂਦਾ ਫਿਰ ਤਾਂ ਮੈਂ ਐਬਸੈਂਟ ਹੋ ਗਿਆ, ਠੀਕ ਹੈ ਨਾ ਜੀ। ਜਿੰਨੀ ਦੇਰ ਤੁਸੀਂ ਮੈਨੂੰ, ਤੁਹਾਡੇ ਕਹਿਣ ਦਾ ਮਤਲਬ ਜਿਹੜਾ ਰਿਟਰਨ ਆਰਡਰ ਹੈ ਉਹ ਹਜੇ ਤੁਹਾਡੇ ਕੋਲ ਮੇਰੇ ਕੋਲ ਨਹੀਂ ਆਏ, ਜਿੱਦਣ ਮੇਰੇ ਕੋਲ ਆਣਗੇ
ਉਸ ਤੋਂ ਬਾਅਦ ਜਿਹੜਾ ਆ ਜੋ ਲੀਗਲ ਹੈਗਾ ਮੇਰਾ ਜੁਆਇਨਿੰਗ ਪੀਰੀਅਡ ਜੋ ਵੀ ਆ ਉਹ ਫਿਰ ਮੈਂ ਉਹਨੂੰ ਅਡੋਪਟ ਕਰਾਂਗਾ। ਇੱਦਾਂ ਨਹੀਂ ਹੋ ਸਕਦਾ ਕਿ ਗਵਰਨਮੈਂਟ ਦੇ ਆਰਡਰ ਹੋਣ ਅਤੇ ਮੈਂ ਉਹਨਾਂ ਨੂੰ ਡਿਨਾਈ ਕਰਾਂ, ਨੋ, ਇੱਦਾਂ ਨਹੀਂ ਕੋਈ ਗੱਲ। ਥੈਂਕ ਯੂ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।